ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ। ਅਤੇ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੇ ਝਾੜ ਵਧਾਉਣ ਬਾਰੇ, ਵੀ ਕੀ ਪਾਈਏ ਜਾਂ ਕਿਹੜੀ ਵਰਾਇਟੀ ਲਾਈਏ ਵੀ ਝੋਨੇ ਦਾ ਝਾੜ ਵੱਧ ਹੋਵੇ, ਅਤੇ ਆਪਾਂ ਹੋਰ ਕਿਹੜੇ ਕੰਮ ਕਰੀਏ ਵੀ ਜਿਹੜਾ ਝੋਨੇ ਦਾ ਝਾੜ ਵੱਧ ਹੋਵੇ, ਅਤੇ ਇਹਦੇ ਬਾਰੇ ਕਰਾਂਗੇ ਗੱਲਬਾਤ। ਅਤੇ ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਝੋਨੇ ਦੇ ਝਾੜ ਬਾਰੇ। ਸਾਰਿਆਂ ਤੋਂ ਪਹਿਲਾਂ ਤਾਂ ਵੀ ਆਪਣੀ ਸੋਚ ਇਹ ਹੁੰਦੀ ਆਪਾਂ ਕਿਹੜੀ ਵਰਾਇਟੀ ਲਾਈਏ ਵੀ ਜਿਹੜੀ ਝੋਨੇ ਦਾ ਝਾੜ ਵੀ ਜ਼ਿਆਦਾ ਦੇਵੇ ਅਤੇ ਖਰਚਾ ਘੱਟ ਹੋਵੇ। ਅਤੇ ਵੈਸੇ ਤਾਂ ਝੋਨੇ ਦੀਆਂ ਬਹੁਤ ਵਰਾਇਟੀਆਂ, ਅਤੇ ਕਈ ਕਈ ਵਰਾਇਟੀਆਂ ਤਾਂ ਇਹੋ ਜਿਹੀਆਂ ਜਿਵੇਂ ਡੋਗਰ ਭੂਸਾ ਭੂਸਾ 44 ਹੈ, ਜਿਹੜੇ ਜ਼ਿਆਦਾ ਟਾਈਮ ਲੈਣੀ ਹੈ ਵੀ ਉਹਨਾਂ 'ਤੇ ਖਰਚਾ ਵੀ ਬਹੁਤ ਹੋ ਜਾਂਦਾ। ਪਹਿਲੀ ਗੱਲ ਤਾਂ ਇਹਨਾਂ ਝੋਨੇ ਦੀਆਂ ਵਰਾਇਟੀਆਂ 'ਤੇ ਸਪਰੇਆਂ ਜ਼ਿਆਦਾ ਹੁੰਦੀਆਂ, ਚਾਰ ਚਾਰ ਸਪਰੇਆਂ ਲੈ ਜਾਂਦੇ ਇਹ ਝੋਨੇ, ਅਤੇ ਜੇ ਨਹੀਂ ਕਰਦੇ ਤਾਂ ਫਿਰ ਬਿਮਾਰੀ ਪੈਂਦੀ ਹੈ ਇਹਨਾਂ ਨੂੰ। ਅਤੇ ਇਸ ਕਰਕੇ ਇਹਨਾਂ 'ਤੇ ਖਰਚਾ ਬਹੁਤ ਕਰਨਾ ਪੈਂਦਾ, ਸਪਰੇਆਂ ਬਹੁਤ ਕਰਨੀਆਂ ਪੈਂਦੀਆਂ। ਪਹਿਲਾਂ ਲੰਮੀ ਮਿਆਦ ਵਾਲੀਆਂ ਵਰਾਇਟੀਆਂ ਹੋਣ ਕਰਕੇ ਇਹਨਾਂ ਨੂੰ ਰੇਹ ਕੰਡਾ ਵੀ ਜ਼ਿਆਦਾ ਪਾਉਣਾ ਪੈਂਦਾ, ਸੇਵਾ ਜ਼ਿਆਦਾ ਕਰਨੀ ਪੈਂਦੀ ਹੈ ਅਤੇ ਫਿਰ ਝਾੜ ਦਿੰਦੀ ਹੈ। ਫਿਰ ਕਈ ਵਰਾਇਟੀਆਂ ਇਹੋ ਜਿਹੀਆਂ ਵੀ ਹੈ ਵੀ ਘੱਟ ਖਰਚੇ 'ਤੇ ਵੀ ਬਹੁਤ ਝਾੜ ਦਿੰਦੀ ਹੈ, ਉਹ ਹੈਗੀ ਹੈ PR 126 ਜਿਵੇਂ, ਜਾਂ 1509 ਬਾਸਮਤੀ ਦੀਆਂ, ਜਾਂ 1847 ਹੈ, 1692 ਹੈ, ਅਤੇ ਉਹ ਘੱਟ ਖਰਚੇ 'ਤੇ ਵਧੀਆ ਝਾੜ ਦੇ ਜਾਂਦੀ ਹੈ। ਅਤੇ ਪਰ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਵੀ ਕੋਈ ਨਜਾਇਜ਼ ਖਰਚਾ ਵੀ ਨਾ ਕਰਨਾ ਪਵੇ ਅਤੇ ਝਾੜ ਵੀ ਝੋਨੇ ਦਾ ਵੱਧ ਹੋਵੇ। ਅਤੇ ਉਹਦੇ ਵਾਸਤੇ ਆਪਾਂ ਕੀ ਪਾਈਏ ਜਾਂ ਕਿਹੜੀ ਵਰਾਇਟੀ ਲਾਈਏ, ਕਿਹੜੀਆਂ ਸਪਰੇਆਂ ਕਰੀਏ, ਅਤੇ ਕੀ ਕੁਛ ਉਹਦੇ 'ਚ ਅੱਗ ਸਵਾਹ ਪਾਈਏ ਵੀ ਜਿਹੜਾ ਝਾੜ ਵਧੇ, ਇਹਦੇ ਵਾਸਤੇ ਆਪਾਂ ਤੁਹਾਨੂੰ ਇੱਕ ਤਜਰਬਾ ਸਾਂਝਾ ਕਰਦੇ ਹਾਂ ਤੁਹਾਡੇ ਨਾਲ, ਤੁਸੀਂ ਵੀ ਕਰਕੇ ਵੇਖਿਓ ਜੀ ਵੀ ਝਾੜ ਦਾ ਫਰਕ ਪੈਂਦਾ ਕਿ ਨਹੀਂ ਪੈਂਦਾ। 101% ਝਾੜ ਦਾ ਫਰਕ ਪੈਂਦਾ, ਉਹਦੇ ਨਾਲ ਨਾਲੇ ਪਾਣੀ ਬਚਦਾ ਅਤੇ ਨਾਲੇ ਝਾੜ ਵੱਧਦਾ ਝੋਨੇ ਦਾ। ਹੁਣ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਾਂ ਆਪਣੇ ਝੋਨੇ ਪੱਕਣ 'ਤੇ ਆਉਂਦੇ ਹਾਂ ਉਦੋਂ ਕਿੰਨੀ ਗਰਮੀ ਪੈਂਦੀ ਹੈ, ਅਤੇ ਜਿਹੜੇ ਝੋਨੇ ਗਰਮੀ 'ਚ ਆ ਜਾਂਦੇ ਆ ਬਈ ਉਹ ਝਾੜ ਘਟਾ ਜਾਂਦੇ ਆ, ਆਪਾਂ ਨੂੰ ਵੀ ਪਤਾ। ਅਤੇ ਤੁਹਾਨੂੰ ਪਤਾ ਹੀ ਹੋਊ ਜਿਹੜੇ ਭਰਾ ਆਪਣਾ ਚੈਨਲ 'ਤੇ ਵੀਡੀਓ ਵੇਖਦੇ ਆ, ਅਤੇ ਵੀ ਗਰਮੀ 'ਚ ਆ ਕੇ ਝੋਨੇ ਝਾੜ ਘਟਾ ਜਾਂਦੇ ਆ। ਅਤੇ ਇਹਦੇ ਵਾਸਤੇ ਆਪਾਂ ਕੀ ਕਰੀਏ ਨਾ, ਆਪਾਂ ਠੰਡ ਤਾਂ ਆਪਾਂ ਆਪਣੀ ਮਰਜ਼ੀ ਨਾਲ ਕਰਵਾ ਨਹੀਂ ਸਕਦੇ ਪੱਕਣ ਵੇਲੇ, ਅਤੇ ਆਪਾਂ ਜਿਹੜਾ ਆਪਾਂ ਕੰਮ ਕਰ ਸਕਦੇ ਹਾਂ ਉਹ ਆਪਾਂ ਤੁਹਾਨੂੰ ਦੱਸਦੇ ਹਾਂ, ਇਹ ਤਜਰਬਾ ਆਪਣਾ ਕੀਤਾ ਵਾ। ਜੇ ਝੋਨਾ ਆਪਾਂ 20 ਜੂਨ ਤੋਂ ਬਾਅਦ ਲਾਈਏ, ਯਾਨੀ ਕਿ ਝੋਨਾ 20 ਜੂਨ ਤੋਂ ਬਾਅਦ, ਜੇ 22, 23 ਜਾਂ 24, 25 ਜੂਨ ਦੇ ਆਸੇ ਪਾਸੇ ਲਾਉਣ ਲੱਗੀ ਆਪਾਂ ਝੋਨਾ, ਵੀ ਇਹਨਾਂ ਹਫ਼ਤੇ ਕੁ ਦੇ ਵਿੱਚ ਵਿੱਚ ਲਾਈਏ, ਤਾਂ ਝੋਨੇ ਦਾ ਝਾੜ ਨਾ 101% ਵੱਧ ਨਿਕਲਦਾ। ਇਹ ਚੀਜ਼ ਤੁਸੀਂ ਕਰਕੇ ਵੇਖਿਓ, ਉੱਪਰ 'ਤੇ ਆ ਕੇ ਵੇਖਿਓ, ਜਾਂ ਜਿਨ੍ਹਾਂ ਨੇ ਲੇਟ ਲਾਏ ਸੀ ਝੋਨੇ ਉਹਨਾਂ ਦੇ ਝਾੜ ਕਿਵੇਂ, ਉਹ ਜ਼ਰੂਰ ਦੱਸਿਓ ਕਮੈਂਟਾਂ 'ਚ, ਪਤਾ ਲੱਗ ਜਾਂਦਾ ਫਿਰ ਦੂਜਿਆਂ ਨੂੰ ਵੀ ਵਾਕਿਆ ਕੋਈ ਇਹਦਾ ਫਰਕ ਹੈ ਜਾਂ ਐਵੇਂ ਗੱਲਾਂ ਹੀ ਹੈ। ਪਰ ਆਪਾਂ ਤਜਰਬਾ ਕਰਕੇ ਵੇਖਿਆ ਇਹਦਾ 20-20 ਮਨ ਦਾ ਵੀ ਫਰਕ ਪੈ ਜਾਂਦਾ। ਤੁਸੀਂ ਆਖੋਗੇ ਝੂਠ ਹੈ, ਝੂਠ ਨਹੀਂ ਗਾ ਇਹ। 1 ਸਾਲ ਆਪਾਂ ਹਾਈਬ੍ਰਿਡ ਝੋਨਾ ਸੀਗਾ ਗੇਤਾ ਲਾਤਾ, ਆਪਣੇ ਨਾਲੋਂ ਹਫ਼ਤਾ ਪਿੱਛੋਂ ਲੱਗਿਆ ਝੋਨਾ 20 ਮਣ ਵੱਧ ਨਿਕਲਿਆ ਸੀ, ਇੰਨਾ ਫਰਕ ਪੈ ਗਿਆ ਸੀ। ਝੋਨਾ ਭਾਰਾ ਬਹੁਤ ਸੀ ਆਪਣਾ, 65 ਮਣ ਨਿਕਲਿਆ ਸੀ, ਅਤੇ ਭਾਰਾ ਬਹੁਤ ਸੀ, ਐਂ ਲੱਗਦਾ ਸੀ ਵੀ 100 ਮਣ ਤੋਂ ਉੱਤੇ ਜਾਊਗਾ, ਅਤੇ ਪਰ ਉਸ ਸਾਲ ਗਰਮੀ ਪੈ ਗਈ ਸੀ। ਇਹ 19 ਦੀ ਗੱਲ ਹੈ, 2019 ਦੀ, ਅਤੇ ਪੱਕਣ ਵੇਲੇ ਝੋਨੇ 'ਤੇ ਗਰਮੀ ਪੈ ਗਈ ਸੀ ਅਤੇ 65 ਮਣ 'ਤੇ ਰਹਿ ਗਿਆ। ਜਿਹੜਾ ਇਦੋਂ ਹਫ਼ਤਾ ਪਿੱਛੋਂ ਲੱਗਿਆ ਸੀ ਉਹ ਝੋਨਾ 85 ਮਣ ਨਿਕਲਿਆ ਸੀ, ਅਤੇ ਨਾਲੇ ਵੇਖਣ ਨੂੰ ਐਂ ਲੱਗਦਾ ਸੀ ਵੀ ਉਹਦੇ ਨਾਲੋਂ ਅੱਧਾ ਹੀ ਹੈ, ਅਤੇ ਆਪਣਾ ਝੋਨਾ ਇੰਨਾ ਭਰਾ ਸੀ। ਉਸ ਤੋਂ ਬਾਅਦ ਆਪਣਾ ਤਜਰਬਾ ਇਹ ਵੀ ਆਪਾਂ ਗੇਤਾ ਝੋਨਾ ਨਹੀਂ ਲਾਇਆ ਕਦੇ ਵੀ, ਅਤੇ ਝਾੜ ਵੀ ਵਧੀਆ ਰਹਿੰਦਾ। ਅਤੇ ਇਹਦੇ ਨਾਲ ਨਾ ਇੱਕ ਤਾਂ ਖਰਚੇ ਵੀ ਬਚਦੇ ਆ, ਕਿਉਂ ਇੱਕ ਸਪਰੇ ਨਾਲ ਪੱਕ ਜਾਂਦਾ ਆਮ ਝੋਨੇ ਜਿਹੜੇ ਵਰਾਇਟੀਆਂ, ਇੱਕ ਸਪਰੇ ਨਾਲ ਪੱਕ ਜਾਂਦੀ। ਅਤੇ ਦੂਜੀ ਗੱਲ ਹੈਗੀ ਆ ਵੀ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ, ਕਿਉਂਕਿ 20 ਜੂਨ ਤੋਂ ਜਦੋਂ ਬਾਅਦ ਆਪਾਂ ਲਾਉਣੇ ਹੈ
ਜਾਂ 22-24 ਜੂਨ ਤੋਂ ਬਾਅਦ ਬਾਅਦ ਆਪਾਂ ਲਾਉਣਾ ਝੋਨਾ, ਤਾਂ ਉਦੋਂ ਬਾਅਦ ਨਾ ਝੋਨਾ ਲੱਗਣ ਤੋਂ ਬਾਅਦ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਅਤੇ ਪਾਣੀ ਵੈਸੇ ਘੱਟ ਲੋੜ ਪੈਂਦੀ ਹੈ। ਅਤੇ ਇਹ ਬਾਕੀ ਇਹਦੇ 'ਚ ਕੋਈ ਵਾਧੂ ਚੀਜ਼ ਨਹੀਂ ਪਾਉਣੀ ਪੈਂਦੀ, ਆਪਾਂ ਉਨੀ ਜਿੰਨੀ ਆਮ ਦੂਜੇ ਝੋਨੇ 'ਚ ਪਾਉਂਦੇ ਹਾਂ, ਜੈਂਕ ਪਾਉਂਦੇ ਹਾਂ ਜਾਂ ਆਪਾਂ ਜਾਂ ਕੋਈ ਸਲਫਰ ਪਾ ਲੈਂਦਾ, ਯੂਰੀਆ ਪਾਉਂਦੇ ਹਾਂ 3 ਗੱਟੇ, ਅਤੇ ਇਹੀ ਆਮ ਚੀਜ਼ਾਂ, ਹੋਰ ਕੋਈ ਸਪਰੇਅ ਨਹੀਂ, ਕੋਈ ਤਾਕਤ ਵਾਲੀ ਜਾਂ ਕੋਈ ਗਰੋਥ ਪ੍ਰਮੋਟਰ, ਅਤੇ ਬਸ ਇਹੋ ਕੁਛ ਹੀ ਆਪਾਂ ਕਰ ਲਈਏ ਝੋਨੇ 'ਤੇ, ਬਸ ਲਾ ਲਈਏ 20-25 ਜੂਨ ਦੇ ਆਸੇ ਪਾਸੇ, ਇਸ ਤੋਂ ਬਾਅਦ ਅਤੇ ਝਾੜ ਪੱਕਾ ਵੱਧਦਾ। ਕਈ ਕਿਸਾਨ ਭਰਾ ਤਾਂ ਇਹ ਵੀ ਆਉਂਦੇ ਵੀ ਜਦੋਂ ਆਪਾਂ 20 ਜੂਨ ਤੋਂ ਬਾਅਦ ਜਿੰਨੇ ਦਿਨ ਲੇਟ ਕਰ ਲਾਂਗੇ ਉਨੇ ਮਣ ਝੋਨਾ ਵੱਧ ਜਾਂਦਾ। ਅਤੇ ਬਾਕੀ ਤੁਸੀਂ ਕਰਕੇ ਵੇਖਿਓ, ਦੱਸਿਓ ਵੀ ਕਿਵੇਂ ਰਿਹਾ ਝਾੜ ਜਦੋਂ ਝੋਨੇ ਵੱਢੇ ਗਏ। ਅਤੇ ਬਾਕੀ ਜਿਨ੍ਹਾਂ ਨੇ ਲੇਟ ਲਾਇਆ ਸੀ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਣ ਵੀ ਉਹਨਾਂ ਦੇ ਝਾੜ ਕਿਵੇਂ ਰਹੇ। ਅਤੇ ਇਹ ਸੀ ਆਪਣੀ ਅੱਜ ਦੀ ਵੀਡੀਓ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਜਿਹੜੇ ਭਰਾ ਆਪਣੇ ਚੈਨਲ 'ਤੇ ਨਵੇਂ ਆਏ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ।